ਦੇਖੋ ਮੈਂ ਸਟੂਡੈਂਟਸ ਨੂੰ ਮਿਲੀ ਹਾਂ ਔਰ ਉਹਨਾਂ ਨੇ ਮੈਨੂੰ ਜੋ ਵੀ ਉਹਨਾਂ ਦੀ ਇਸ਼ੂ ਸੀ ਪ੍ਰੋਬਲਮ ਸੀਗੀਆਂ ਉਹਨਾਂ ਨੇ ਮੈਨੂੰ ਦੱਸੀਆਂ ਨੇ ਸਾਰੀਆਂ ਪ੍ਰੋਬਲਮਸ ਕਿ ਜੋ ਜੋ ਉਹਨਾਂ ਨੂੰ ਕਿਸੇ ਚੀਜ਼ ਦੀ ਓਬਜੈਕਸ਼ਨ ਸੀਗੀ ਜਾਂ ਉਹਨਾਂ ਨੂੰ ਕੋਈ ਚੀਜ਼ ਚਾਹੁੰਦੇ ਨੇ ਕਿ ਫੈਸਿਲਿਟੀ ਉਹਨਾਂ ਨੂੰ ਮਿਲਣੀ ਚਾਹੀਦੀ ਉਹਨਾਂ ਦੇ ਲਈ ਵੀ ਦੱਸੀਆਂ ਨੇ ਕੁਝ ਫੀਸਿਸ ਦੀ ਵੀ ਪ੍ਰੋਬਲਮ ਸੀ ਉਹਨਾਂ ਦੇ ਬਾਰੇ ਵੀ ਦੱਸਿਆ ਉਹਨਾਂ ਨੇ ਉਹਨਾਂ ਨੂੰ ਸੁਣਨ ਤੋਂ ਬਾਅਦ ਮੈਂ ਉਹਨਾਂ ਨੂੰ ਪੂਰਾ ਯਕੀਨ ਦਿਲਾਇਆ ਕਿ ਜੋ ਉਹਨਾਂ ਦੀਆਂ ਪ੍ਰੋਬਲਮਸ ਨੇ ਸਾਰੀਆਂ ਐਡਰੈਸ ਹੋਣਗੀਆਂ ਉਦੋਂ ਬਾਅਦ ਮੈਂ ਵੀ ਸੀ ਸਾਹਿਬ ਨਾਲ ਗੱਲ ਕੀਤੀ ਉਹਨਾਂ ਦੇ ਵੀ ਕਹਿਣ ਦਾ ਉਹਨਾਂ ਦਾ ਵੀ ਸੁਣਿਆ ਤਰਕ ਵੀ ਉਹ ਕੀ ਕਹਿੰਦੇ ਨੇ ਇਸ ਦੇ ਬਾਰੇ ਕੁਝ ਫੀਮੇਲ ਫੈਕਲਟੀਜ਼ ਹੈਗੀਆਂ ਨੇ ਉਹਨਾਂ ਨੂੰ ਵੀ ਸੁਣਿਆ ਸਾਰਾ ਕੁਝ ਹੁਣ ਅਸੀਂ ਇਸ ਕੰਸੈਂਸਸ ਤੇ ਪਹੁੰਚੇ ਕਿ ਸਟੂਡੈਂਟਸ ਜਿਹੜੇ ਨੇ ਉਹ ਆਪਣੇ ਰਿਪਰੈਜ਼ੈਂਟੇਟਿਵਸ ਚੁਣਨਗੇ ਔਰ ਇਧਰੋਂ ਜੋ ਵੀ ਉਹ ਕਹਿਣਗੇ ਕਿ ਸਾਡੇ ਫੈਕਲਟੀ ਮੈਂਬਰ ਇਹ ਹੋਣੇ ਚਾਹੀਦੇ ਨੇ ਉਹਦੇ ਅੰਦਰ ਜਾਂ ਕੋਈ ਬਾਹਰ ਦਾ ਮੈਂਬਰ ਉਹਦੇ 'ਚ ਪੈਣਾ ਚਾਹੀਦਾ ਜਾਂ ਸਾਡੇ ਪ੍ਰਸ਼ਾਸਨ ਦੀ ਤਰਫ ਤੋਂ ਮੈਂਬਰ ਉਹਨਾਂ ਦੇ ਪੈਣਾ ਚਾਹੀਦਾ ਉਹ ਕਮੇਟੀ ਬਣੇਗੀ ਔਰ ਮੈਂ ਸਟੂਡੈਂਟਸ ਨੂੰ ਪੁੱਛਿਆ ਸੀਗਾ ਕਿ ਜੇ ਤੁਹਾਨੂੰ ਮੇਰੀ ਜ਼ਰੂਰਤ ਹੈ ਉਹ ਕਹਿੰਦੇ ਤੁਹਾਨੂੰ ਉਹਨਾਂ ਨੂੰ ਮੇਰੀ ਜ਼ਰੂਰਤ ਹੈ ਬਹੁਤ ਜੇ ਉਹ ਕਹਿਣਗੇ ਤਾਂ ਮੈਂ ਜ਼ਰੂਰ ਦੁਬਾਰਾ ਫੇਰ ਆਵਾਂਗੀ ਉਹਨਾਂ ਦੇ ਨਾਲ ਉਹਨਾਂ ਨੂੰ ਰਿਪ੍ਰੈਜ਼ੈਂਟ ਕਰਾਂ ਕਿਉਂਕਿ ਮੇਰਾ ਕੰਮ ਇਹ ਹੈਗਾ ਕਿ ਗਰਲਜ਼ ਦੀ ਸੇਫਟੀ ਐਂਡ ਸਿਕਿਉਰਟੀ ਦੇ ਲਈ ਮੈਮ ਪਹਿਲਾਂ ਇਹ ਮੁੱਦੇ ਨੂੰ ਤੁਸੀਂ ਕਿਸ ਤਰੀਕੇ ਨਾਲ ਵੇਖ ਰਹੇ ਹੋ ਤੁਸੀਂ ਸਾਰਾ ਕਾਫੀ ਦਿਨ ਹੋ ਗਿਆ ਐਨਾਲਾਈਜ਼ ਕੀਤਾ ਸਾਰਾ ਮਸਲਾ ਕਿਸ ਤਰੀਕੇ ਨਾਲ ਵੇਖ ਰਹੇ ਹੋ ਗਲਤੀ ਕਿਹਦੀ ਮੰਨ ਲਓ ਸਭ ਤੋਂ ਨਹੀਂ ਮੈਂ ਇਸ ਟਾਈਮ ਤੇ ਉੱਤੇ ਇਹ ਹੈਗਾ ਕਿ ਦੋਵਾਂ ਧਿਰਾਂ ਨੂੰ ਸੁਣਿਆ ਆ ਠੀਕ ਹੈ ਹੁਣ ਜਦੋਂ ਕਮੇਟੀ ਬਣੇਗੀ ਸਟੂਡੈਂਟਸ ਦੇ ਰਿਪ੍ਰੈਜ਼ੈਂਟੇਟਿਵਸ ਨੂੰ ਵੀ ਅੱਗੇ ਪਾਵਾਂਗੇ ਉਸ ਤੋਂ ਬਾਅਦ ਅਸੀਂ ਡਿਸਾਈਡ ਕਰ ਸਕਦੇ ਹਾਂ ਕਿ ਬਾਕੀ ਕੌਣ ਗਲਤ ਹੈ ਕੌਣ ਸਹੀ ਹੈ ਕਿਉਂਕਿ ਦੋਵਾਂ ਧਿਰਾਂ ਦੇ ਕੋਲ ਆਪਣੇ ਆਪਣੇ ਆਰਗੂਮੈਂਟਸ ਹਨ ਮੈਮ ਫਿਲਹਾਲ ਇਹ ਪ੍ਰੋਟੈਸਟ ਜਾਰੀ ਰਹਿਣਾ ਜਾਂ ਬੱਚੇ ਨੇ ਕਿਹਾ ਵੀ ਰੁਕਣਾ ਬੱਚੇ ਅੱਜ ਬਹੁਤ ਖੁਸ਼ ਵੀ ਹੋਏ ਨੇ ਕਿ ਚਲੋ ਉਹਨਾਂ ਦੀ ਸੁਣੀ ਗਈ ਹੈ ਗੱਲ ਐਂਡ ਆਲ ਦੈਟ ਮੇਰਾ ਖਿਆਲ ਹੈ ਜਲਦੀ ਰਿਜ਼ੋਲਵ ਹੋ ਜਾਏ ਮੈਮ ਪਿਛਲੇ 4 ਦਿਨ ਤੋਂ ਚੱਲ ਰਿਹਾ ਜੀ ਇਹ ਤੁਸੀਂ ਅੱਜ ਆਏ ਹੋ ਤੁਹਾਡੇ ਕੋਲ ਕੋਈ ਕੰਪਲੇਂਟ ਆਈ ਹੈ ਜਾਂ ਕੋਈ 4 ਦਿਨ ਮੈਂ ਨਹੀਂ ਮੈਂ 2 ਦਿਨ ਤੋਂ ਸਬ ਐਡਮਿਨਿਸਟ੍ਰੇਸ਼ਨ ਦੇ ਟੱਚ ਵਿੱਚ ਸੀਗੀ ਠੀਕ ਹੈ ਨਾ ਤੇ ਮੈਨੂੰ ਜਦੋਂ ਲੱਗਿਆ ਕਿ ਨਹੀਂ ਇਹ ਜਿਹੜਾ ਮੈਨੂੰ ਹੁਣ ਇਸ ਟਾਈਮ ਤੇ ਜਾਣਾ ਚਾਹੀਦਾ ਤੇ ਉਸ ਟਾਈਮ ਮੈਂ ਆਈ ਹਾਂ ਉੱਥੇ ਮੈਮ ਲੱਗਦਾ ਨਹੀਂ ਕਿ ਬਹੁਤ ਵੱਡੀ ਯੂਨੀਵਰਸਿਟੀ ਹੈਗੀ ਹੈ ਇਹ ਇੰਡੀਆ ਦੀ ਔਰ ਇੰਡੀਆ ਦੀ ਯੂਨੀਵਰਸਿਟੀ 4 ਦਿਨ ਤੋਂ ਬੰਦ ਹੈ ਨਹੀਂ ਕੋਈ ਗੱਲ ਨਹੀਂ ਇਸ ਹੁੰਦਾ ਆ ਕਦੇ ਸਟੂਡੈਂਟ ਅਗਰ ਉਹਨਾਂ ਨੂੰ ਕਿਸੇ ਚੀਜ਼ ਦੀ ਨਾਰਾਜ਼ਗੀ ਹੈ ਤੇ ਉਹ ਆਪਣੇ ਪ੍ਰੋਟੈਸਟ ਕਰਦੇ ਉਹਨਾਂ ਦਾ ਰਾਈਟ ਹੈ ਪ੍ਰੋਟੈਸਟ ਕਰਨਾ ਠੀਕ ਹੈ ਔਰ ਹੁਣ ਜਿਹੜੀ ਹੈ ਕਮੇਟੀ ਬਣਾ ਕੇ ਬੜੀ ਜਲਦੀ ਕਨਸਟੀਟਿਊਟ ਹੋ ਜਾਏਗੀ ਔਰ ਉਹਦੇ ਅੰਦਰ ਬੈਠ ਕੇ ਸਿੱਧੇ ਸਟੂਡੈਂਟਸ ਨੇ ਜਿਹੜੇ ਆਰੋਪ ਲਗਾਏ ਗਏ ਆ ਕਿ ਬਿਨਾਂ ਦੱਸੇ ਹੋਸਟਲ ਵਿੱਚ ਇਨਸਪੈਕਸ਼ਨ ਹੋਈ ਹੈ ਉਹਨਾਂ ਦੇ ਕੱਪੜਿਆਂ ਦੇ ਉੱਤੇ ਦੱਸਿਆ ਕਿ ਲੈਟ ਦਾ ਕਮੇਟੀ ਗੈਟ ਫਾਰਮਡ ਠੀਕ ਹੈ ਸਟੂਡੈਂਟਸ ਨੇ ਮੈਨੂੰ ਦੱਸੇ ਨੇ ਆਪਣੇ ਇਸ਼ੂਜ਼ ਦੱਸੇ ਨੇ ਤੇ ਫੈਕਲਟੀ ਮੈਂਬਰ ਤੋਂ ਮੈਨੂੰ ਉਹਨਾਂ ਦੇ ਆਰਗੂਮੈਂਟ ਹੈ ਮੈਨੂੰ ਲੱਗਦਾ ਕਿ ਕਿਨ ਇਸ਼ੂ ਨੂੰ ਲੈ ਕੇ ਇਸ ਮੁੱਦੇ ਨੂੰ ਜ਼ਿਆਦਾ ਉਠਾਇਆ ਜਾ ਰਿਹਾ ਨਹੀਂ ਮੈਨੂੰ ਇਸ ਚੀਜ਼ ਦਾ ਕੁਝ ਨਹੀਂ ਮੈਂ ਸਿਰਫ ਉਸੇ ਮੁੱਦੇ ਉੱਤੇ ਗੱਲ ਕਰ ਰਹੀ ਹਾਂ ਜੋ ਸਿਹਤ ਦੀ ਚਿੰਤਾ ਹੈ ਬੱਚਿਆਂ ਦੇ ਵੀਸੀ ਸਾਹਿਬ ਇੱਕ ਗੱਲ ਬਾਰ-ਬਾਰ ਕਹਿ ਰਹੇ ਨੇ ਕਿ ਮੈਨੂੰ ਸਟੂਡੈਂਟਸ ਦੀ ਸਿਹਤ ਦੀ ਚਿੰਤਾ ਹੈ ਸਿਹਤ ਦੀ ਚਿੰਤਾ ਕਿਸ ਪਰ ਕੀ ਹੋ ਸਕਦਾ ਇੱਥੇ ਕੋਈ ਬਿਮਾਰੀ ਵੀ ਨਹੀਂ ਫੈਲੀ ਕੀ ਲੱਗਦਾ ਕਿ ਕੁਝ ਦੇਖੋ ਆਪਾਂ ਨਾ ਹਰ ਇੱਕ ਚੀਜ਼ ਦਾ ਬੈਠੇ ਮਤਲਬ ਥ੍ਰੈਡ ਨਾ ਕਰੀ ਉਸ ਚੀਜ਼ ਠੀਕ ਹੈ ਕਿਉਂਕਿ ਸਟੂਡੈਂਟਸ ਬਾਹਰ ਬੈਠੇ ਨੇ ਗਰਮੀ ਐਂਡ ਆਲ ਤਾਂ ਵੀਸੀ ਸਾਹਿਬ ਨੇ ਕਹਿ ਵੀ ਦਿੱਤਾ ਤਾਂ ਕੋਈ ਵੱਡੀ ਗੱਲ ਨਹੀਂ ਸੀ ਹੋਈ ਇਹਦੇ ਅੰਦਰ ਪਰ ਸਾਨੂੰ ਦੇਖਣਾ ਕਿ ਜਿਹੜੇ ਸਟੂਡੈਂਟਸ ਨੇ ਜੋ ਕਿ ਉਹ ਕਹਿ ਰਹੇ ਨੇ ਉਹਨਾਂ ਦਾ ਆਨਸਰ ਉਹਨਾਂ ਨੂੰ ਪੂਰਾ ਮਿਲਣਾ ਮੈਂ ਸਟੂਡੈਂਟਸ ਨੂੰ ਮੈਂ ਹੋਰ ਵੀ ਹੈ ਮੈਂ ਹੋਰ ਵੀ ਹੈ